ਸਾਰਿਆਂ ਨੂੰ ਜੀ ਹੱਥ ਜੋੜ ਕੇ ਪਿਆਰ ਭਰੀ ਸਤਿ ਸ਼੍ਰੀ ਅਕਾਲ। ਆਈ ਹੋਪ ਤੁਸੀਂ ਸਾਰੇ ਜਾਣੇ ਠੀਕ ਹੋਵੋਗੇ ਜੀ। ਮੈਂ ਅੰਗਦ ਲਈ ਕੁਝ ਟੁਆਇਸ ਮੰਗਾਏ ਸੀਗੇ ਤੇ ਇੱਕ ਦੋ ਚੀਜ਼ਾਂ ਹੋਰ ਵੀ ਮੰਗਾਈਆਂ ਸੀ, ਜ਼ਿਆਦਾਤਰ ਇਹਦੇ ਟੁਆਇਸ ਹੀ ਨੇ ਤੇ ਮੈਂ ਜੋੜਨੀ ਪੈਣੀ ਆ ਪੁੱਤ, ਇਹ ਜੋੜਨ ਵਾਲੀ ਯਾਰ। ਪਹਿਲਾਂ ਇੱਕ ਨੰਬਰ ਕਿੱਥੇ ਆ? ਨੰਬਰ 1 ਜੋੜੋ, 2 ਜੋੜੋ, 3 ਐਦਾਂ ਦੀ ਆ ਇਹ। ਉਹ ਚਾਹੁੰਦੀ ਵੀ ਆ। ਹਾਂਜੀ ਆ ਦੇਖ, ਆ ਦੇਖ, ਇਹਨੂੰ ਜੋੜ ਕੇ ਦਿਖਾ ਦੋ ਜੀ। ਆ 4 ਨੰਬਰ ਆ, 6, ਸਾਰੇ ਨੰਬਰ ਜੋੜਨੇ ਆ। ਫਿਰ ਆਹ ਨੀਚੇ ਆ ਵੀ ਲੱਗਣਗੇ। ਆਏ ਜਾਂਦੀ ਹੈ। ਹਾਂ ਇਹਨੂੰ ਮਾੜਾ ਜਿਹਾ ਦੱਸ ਦਿਓ, ਫਿਰ ਇਹ ਚਲਾਉਣੀ ਸਿੱਖ ਲਓ। ਆਪ ਉੱਥੇ ਪਿੱਛੇ ਪਿੱਛੇ ਪਾਈ ਜਾਂਦੇ ਆ, ਕਿਤੇ ਪਈਏ ਖੁੱਲ ਗਏ ਉਹ ਨੇ, ਅਰੇ ਕਿਤੇ ਪਈਏ ਖੁੱਲੇ ਪਏ ਨੇ। ਇਹ ਮਤਲਬ ਐਕਸਟਰਾ ਨਾ ਦਿੱਤੇ ਹੁਣ, ਮੈਂ ਐਕਸਟਰਾ ਕਿਤੇ ਆ ਦੇ ਖੁੱਲੇ ਪਏ ਨੇ। ਚਲੋ ਪਾ ਖੁੱਲੇ ਪਏ ਨੇ ਇਹਦੇ ਪਾ। ਚਲੋ ਆਪਾਂ ਅਗਲਾ ਟੋਇ ਖੇਲ ਖੋਲਦੇ ਆ। ਤੇ ਇੱਕ ਮੈਂ ਆ ਵੀ ਦਿਖਾਦਾ, ਮੈਂ ਜਿਹੜਾ ਮੇਰੇ ਫੋਨ ਦਾ ਕੇਸ ਆ ਇਹ ਵੀ ਇੱਥੇ ਮੰਗਾਇਆ ਸੀਗਾ, ਮੈਂ ਪਾ ਵੀ ਲਿਆ। ਕਿੱਥੋਂ ਮੰਗਾਇਆ ਸੀਗਾ? ਇਹ ਮੀਸ਼ੋ ਤੋਂ ਮੰਗਾਏ ਨੇ ਸਾਰੇ ਜੀ। ਤੇ ਇੱਕ ਮੈਂ ਮੰਮੀ ਲਈ ਵੀ ਮੰਗਾਇਆ ਸੀਗਾ। ਸਾਰੇ ਅਲੱਗ-ਅਲੱਗ ਤੋਂ ਮੰਗਾਉਣੇ ਸੀਗੇ? ਕਿਵੇਂ ਅਲੱਗ-ਅਲੱਗ? ਕੋਈ ਕਿੱਥੋਂ ਮੰਗਾਉਣਾ ਸੀ ਕੋਈ ਕਿੱਥੋਂ? ਮੈਂ ਇਕੱਠੀ ਇੱਕ ਦਿਨ ਮੰਗਾ ਲਈ ਜੀ, ਬੈਠੀ ਬੈਠੀ ਨੇ। ਮੇਰੇ ਕੋਈ ਪਲਾਨ ਨਹੀਂ ਸੀਗਾ, ਵੈਸੇ ਦੇਖ ਰਹੀ ਸੀਗੀ, ਮੰਗਾ ਵਧੀਆ ਨਜ਼ਾਰੇ ਉੱਥੇ ਮੇਰਾ ਵਾਲਾ ਹੋ ਗਿਆ। ਤੇ ਆਹ ਇੱਕ ਮੰਮੀ ਦੇ ਫੋਨ ਦਾ ਕੇਸ ਮੰਗਾਇਆ ਸੀ, ਖੋਲ ਲਓ ਜੀ। ਆਈਫੋਨ ਦੀ ਵੱਧ ਆਪਸ਼ਨ ਆ, ਮੰਮੀ ਦਾ ਫੋਨ ਹੈਗਾ ਸੈਮਸੰਗ ਗਲੈਕਸੀ M51 ਤੇ ਉਹਦੀ ਆਪਸ਼ਨ ਹੀ ਵਾਲੀ ਘੱਟ ਸੀਗੀ, ਤਾਂ ਮੈਂ ਆਹ ਮੰਗਾਤਾ। ਇਹਦੇ ਵਿੱਚ ਆਹ ਸੀਗਾ ਜੀ ਅਲੱਗ, ਆਹ ਜਿਹੜਾ ਇੱਥੇ ਫਸ ਰਿਹਾ ਉੱਥੇ ਪਾ ਦਿਆ ਕਰੂਗਾ। ਚਲੋ ਬਾਅਦ ਵਿੱਚ ਖੋਲ ਲਾਂਗੇ, ਇੰਨੀ ਵੀ ਕਾਹਲੀ ਨਹੀਂ। ਨੈਕਸਟ ਖੋਲ ਲਓ। ਨੈਕਸਟ ਹੈਗਾ ਜੀ, ਮੈਨੂੰ ਕੁਝ ਨਹੀਂ ਪਤਾ ਹੁੰਦਾ ਮੋਸਟਲੀ, ਜਦੋਂ ਮੈਂ ਪੈਕੇਜ ਖੋਲਦਾ ਕਿੰਨੀ ਪੈਕੇਜ ਆ ਪੈਣੇ, ਛੇਤੀ ਛੇਤੀ ਖੋਲਦੇ ਹਾਂ। ਚਲੋ ਇਹ ਇੱਕ ਤਰ੍ਹਾਂ ਦਾ ਪਿੱਲੋ ਵੀ ਆ ਤੇ ਇਹਦੇ ਉੱਤੇ ਉਹ ਵੀ ਆ, ਆ ਦੇਖੋ ਐ ਖੁੱਲਦਾ ਇਹ ਪਿੱਲੋ ਵੀ ਆ। ਅੱਛਾ ABC ਲਿਖੀ ਹੋਈ ਹੈ ਨਾਲ ਇਹਦੇ ਵਿੱਚ। ਆ ਦੇਖੋ ਇਹਦੇ ਅੰਦਰ, ਆ ਦੇਖੋ ਐਨੀਮਲਸ, ਇਹਦੇ ਤੇ ਮੈਪ ਬਣਿਆ। ਅੱਛਾ ਕੈਦ ਆ ਇਹ, ਬੇਸਿਕਲੀ ਇੱਕ ਤਰੀਕੇ ਦੀ ਬੁੱਕ ਜੀ ਆ। ਪਰ ਹੈਗਾ ਪਿੱਲੋ ਆ ਵੀ, ਬੱਚਾ ਸੋ ਵੀ ਸਕਦਾ। ਆ ਬਾਡੀ ਪਾਰਟਸ ਨੇ, ਇਹਨੂੰ ਤਾਂ ਉਹ ਬੰਦਾ ਕਿਵੇਂ ਲਾ ਕੇ ਕੱਪੜੇ, ਮੈਨੂੰ ਲੱਗਦਾ ਇਹ ਤਾਂ ਉਹਨਾਂ ਵਾਲਾ ਨਹੀਂ ਹੈਗਾ ਜੀ। ਏ ਫਾਰ ਐਪਲ, ਆ ਪਿੱਛੇ ਇਮੋਜੀ ਬਣੇ ਹੋਏ ਨੇ ਤੇ ਇਹ ਵੀ। ਏ ਫਾਰ ਅੰਗਦ, ਬੀ ਫਾਰ ਬਲਵਿੰਦਰ, ਸੀ ਫਾਰ ਬਿੱਲੀ। ਥੋੜੀ ਕ੍ਰੀਏਟਿਵ ਜੀ ਚੀਜ਼ ਬਣਾਈ ਵੀ ਆ, ਇਦਾਂ ਦੀ ਆ ਪਿੱਛੇ ਸਮਾਈਲੀ ਵੀ ਨੇ। ਕਸਟਮਰ ਕੇਅਰ ਨੰਬਰ ਪੁਸ਼ਕਾਰ ਵੀ ਆਇਆ, ਮੈਂ ਲਾਉਣਾ ਇਹਨੂੰ ਫੋਨ ਹੁਣ। ਅੱਜ ਕੱਲ ਹੁਣ ਅੰਗਦ ਪਾ ਪੈਟਰੋਲ ਵਾਲੇ ਕਾਰਟੂਨ ਦੇਖਦਾ ਹੁੰਦਾ ਤੇ ਉਹਦੇ ਵਿੱਚ ਮਾਰਸ਼ਲ ਹੁੰਦਾ ਇੱਕ, ਤੇ ਮੈਨੂੰ ਉਹਦੇ ਵਾਲਾ ਬੈਗ ਦਿਖਿਆ ਸੀਗਾ। ਮੈਨੂੰ ਫੋਟੋ ਦੇ ਵਿੱਚ ਤਾਂ ਬਹੁਤ ਸੋਹਣਾ ਦਿਖਿਆ ਸੀਗਾ, ਕਿਊਟ ਜਿਹਾ। ਕੁਛ ਹੋ ਗਿਆ, ਕੁਛ ਹੋ ਗਿਆ, ਕੀ ਹੋ ਗਿਆ? ਉਹ ਟੁਆਇਸ ਆ, ਮਾਰਸ਼ਲ ਦਾ ਬੈਗ ਮੰਗਾ ਕੇ ਦਿੱਤਾ। ਇੱਧਰ ਆ ਜਾ, ਆ ਉਰੇ ਆ ਜਾ, ਜਿਹੜੇ ਸਾਫਟ ਸਾਫਟ ਨਹੀਂ ਹੁੰਦੇ। ਮੈਂ ਕਿਹਾ ਚੱਲ ਕੁਛ ਪਾ ਲਿਆ ਕਰੂਗਾ। ਆ ਗਿਆ, ਆ ਗਿਆ, ਆ ਗਿਆ,
ਜਿਵੇਂ ਅੰਗਦ ਇਹਦੇ ਵਿੱਚ ਉੱਥੇ ਜਿਵੇਂ ਮੈਨੂੰ ਅਰਲੀ ਸੈਂਟਰ ਲੈ ਕੇ ਜਾਂਦੀ ਹੁੰਦੀ ਸੀ ਇਹਦੇ ਵਿੱਚ ਇਹਦਾ ਖਾਣਾ ਲੈ ਕੇ ਵਜਾਇਆ ਕਰਾਂਗੇ ਹਾਂ ਅੰਗਦ ਆ ਕੀ ਆ ਸੋਹਣੀ ਚੀਜ਼ ਹੇ ਪਾ ਪੈਟਰੋਲ ਵਾਲਾ ਬੈਗ ਅੰਗਦ ਇਹ ਬੈਗ ਹੇ ਆ ਕੀ ਆ ਦੇਖੋ ਬੁੱਕ ਬੁਲਿਆਂਦੀ ਤੇਰੇ ਵਾਸਤੇ ਪੜ੍ਹ ਲਾ ਏ ਮੈਨੂੰ ਕਹਿੰਦੀ ਦਿਓ ਜੀ ਸੀ ਪੜ੍ਹ ਲਾ ਕਿਵੇਂ ਪੜ੍ਹੀ ਜਾਂਦਾ ਪੜ੍ਹ ਕੇ ਦਿਖਾ ਦੇ ਆ ਦੇਖੋ ਹੁਣ ਨੈਕਸਟ ਹੈਗਾ ਔਖਾ ਭਾਈ ਮੈਨੂੰ ਜਮਾ ਯਾਦ ਨੀ ਸੀਗਾ ਵੀ ਕੀ ਕੀ ਮੰਗਾ ਰਿਹਾ ਬਹੁਤ ਟਾਈਮ ਹੋ ਗਿਆ ਆਇਆ ਨੂੰ ਗੱਜਾ ਮੈਂ ਮੁੰਡਾ ਦਾ ਸਿੱਖ ਗਿਆ ਪਾਉਣੇ ਪਾਏ ਚੰਗਾ ਤੇ ਲੈ ਯੈਲੋ ਪਾ ਦੇ ਰੈਡ ਪਾ ਦੇ ਹੁਣ ਹੁਣ ਔਰੇਂਜ ਪਾ ਦੋ ਗੱਡੀਆਂ ਗੁੱਡੀਆਂ ਮੰਗਾ ਦਿੰਦੀ ਜਵਾਕ ਗੱਡੀਆਂ ਭਜਾਉਂਦਾ ਇਹਦੇ ਕੋਲ ਬਹੁਤ ਗੱਡੀਆਂ ਨੇਗੀਆਂ ਮੈਂ ਕਿਹਾ ਚੱਲ ਬੈਠਾ ਰਿਹਾ ਕਰੂਗਾ ਕੁਛ ਥੋੜਾ ਜਿਹਾ ਬੱਚਾ ਕ੍ਰੀਏਟਿਵ ਜਿਹਾ ਸਿੱਖ ਲੈ ਸਕੂਲਾਂ 'ਚ ਵੀ ਜਵਾਕਾਂ ਨੂੰ ਪੜਾਈ ਜਾਂਦੇ ਆ ਇਹ ਤਾਂ ਜੀ ਟੁਆਇਸ ਨੇਗੇ ਐਜੂਕੇਸ਼ਨਲ ਟੁਆਇਸ ਓਕੇ ਹਾਂ ਇਹ ਤਾਂ ਪੈਣਾ ਇਹ ਓਕੇ ਇਹ ਹੈਗਾ ਓਵੇਂ ਆ ਜੀ ਇਹ ਪਜ਼ਲ ਆ ਮਾ ਓਵੇਂ ਇਹ ਚ ਪਾਓ ਆ ਦੇਖੋ ਮਾ ਕਿੰਨਾ ਸਮਾਨ ਆ ਗਿਆ ਆ ਦੇਖੋ ਮਾ ਸਹੀ ਪਾਉਂਦਾ ਇਹ ਵੀ ਹਾਂ ਆਂਗਣਵਾੜੀ ਚੱਲ ਤੈਨੂੰ ਮੈਂ ਛੱਡ ਕੇ ਆਂਗਣਵਾੜੀ ਕੜੀ ਸਰਕਲ ਕਿੱਥੇ ਆ ਕਾਰਟੂਨ ਦੇਖਦਾ ਹੁੰਦਾ ਪਰ ਇਹ ਪਤਾ ਜਾ ਮੈਨੂੰ ਤਾਂ ਪਤਾ ਨਹੀਂ ਲੱਗਦਾ ਵੀ ਪਾ ਪੈਟਰੋਲ ਆ ਦੇਖੋ ਘੱਟ ਹੀ ਪਤਾ ਜਾ ਉਹ ਫੋਟੋ ਦੇ ਵਿੱਚ ਹੁਣ ਉੱਪਰ ਪੰਜਾ ਜਿਹਾ ਬਣਿਆ ਹੋਇਆ ਆਪਣੇ ਤੋਂ ਨਾ ਹੋਵੇ ਚੜਨ ਕਿਉਂ ਨੀ ਹੋਊਗਾ ਜੀ ਲੈ ਕਰਕੇ ਦਿਖਾ ਬੱਚਾ ਬਿਜ਼ੀ ਤਾਂ ਰਹੂਗਾ ਚਲੋ ਥੋੜੇ ਜਿਹਾ ਟਰਾਈ ਤਾਂ ਕਰੂਗਾ ਕੋਸ਼ਿਸ਼ ਤਾਂ ਕਰੂਗਾ ਹਾਂਜੀ ਮੰਮੀ ਬਸ ਉਹ ਹੁੱਕਾਂ ਪਾਈ ਜਾਣੀਆਂ ਨੇ ਮੰਮੀ ਉਹ ਫਿਰ 1 2 3 ਦੇ ਹਿਸਾਬ ਨਾਲ ਵੀ ਪਹਿਲਾਂ ਬੰਨ ਫਿਰ ਮੰਮੀ ਆ ਕੇ ਇਹਦਾ ਲੱਗਿਆ ਰੱਖਣਾ ਤੇ ਰੱਖ ਮੈਂ ਤਾਂ ਆਪ ਨਹੀਂ ਪਤਾ ਇਹ ਕਿਵੇਂ ਬਣੂਗਾ ਬਈ ਇੱਥੇ ਤਾਂ ਆਪੀ ਆ ਪਿੱਲੋ ਆਹ ਇੱਕ ਤਰ੍ਹਾਂ ਦਾ ਵਿੱਚ ਬਾਡੀ ਪਾਰਟਸ ਜਿਵੇਂ ਛੋਟੇ ਹੁੰਦੇ ਗੇਮ ਨਹੀਂ ਆਪਾਂ ਖੇਡਦੇ ਛੋਟੇ ਹੁੰਦੇ ਤਾਂ ਨਹੀਂ ਹੁਣ ਵੀ ਟੈਟਰਸ ਹੁੰਦੀ ਸੀ ਉੱਪਰ ਲਿਖਦੇ ਹੁੰਦੇ ਸੀਗੇ ਐ ਐ ਸਾਰੇ ਪੇਜ ਨੇ ਐਵੇਂ ਹੱਥ ਲਾਗਦੇ ਟੈਟਰਸ ਖੇਡੀਏ ਮੈਨੂੰ ਬੜੀ ਵਧੀਆ ਲੱਗਦੀ ਸੀ ਵਿੱਚ ਉਹ ਬੰਦ ਵੀ ਹੁੰਦਾ ਉਹ ਦੇਖੋ ਚੇਪੀਆਂ ਲੱਗੀਆਂ ਹੋਈਆਂ ਮਨੀ ਨਾ ਫਟੇ ਟੁੱਟਣ ਦਾ ਬਹੁਤ ਖਤਰਾ ਜੇ ਫੋਨ ਕਰਕੇ ਮੇਰੇ ਤੋਂ ਗਿਰਦਾ ਵੀ ਬਹੁਤ ਆ ਮਨੀ ਉਹ ਐ ਕਰੋ ਤੁਸੀਂ ਊ ਇਹਨੂੰ ਵੀ ਵਰਤ ਲਿਆ ਕਰੋ ਕਦੇ ਕਦੇ ਫਿਰ ਇਹ ਕਿਸੇ ਨੇ ਨੀ ਵਰਤਣਾ ਹੈਗਾ ਜੀ ਸੰਗਤ ਆਹ ਦੇਖ ਅੰਗਦ ਆਹ ਕਿੰਨੀ ਸੋਹਣੀ ਆ ਆਹ ਗੇਮ ਬੜੀ ਘੈਂਟ ਲੱਗੀ ਇਹ ਤਾਂ ਫਨ ਘੱਟੋ ਘੱਟ ਚ ਬਣਾਉਣੀ ਆ ਲੈ ਹਾਏ ਹਾਏ ਹੈ ਕੀ ਲੈਣਾ ਉਹ ਇੱਕ ਤਾਂ ਰਹਿ ਗਿਆ ਆ ਰਹਿ ਗਿਆ ਇਹਦੇ ਵਿੱਚ ਚੰਗਾ ਦਾ ਸਮਾਨ ਨਹੀਂ ਇਹਦੇ ਵਿੱਚ ਮੇਰਾ ਮੈਂ ਵੀ ਮੰਗਾਈ ਸੀਗੀ
ਮੈਨੂੰ ਵਧੀਆ ਲੱਗੀ ਸੀ ਇਹ ਦੇਖੀ ਇਹਨੂੰ ਇਹ ਚਾਹ ਆ ਵੀ ਨਵੀਆਂ ਚੀਜ਼ਾਂ ਆ ਗਈਆਂ ਉਹ ਵਧੀਆ ਕੁਆਲਿਟੀ ਹੈ ਜੀ ਦੇਖੋ ਟੋਕਰੀ ਜੀ ਵੀ ਲੈ ਆਈਓ ਜੀ ਚਾਹ ਸਮਾਨ ਰੱਖਿਆ ਕਰੀ ਨਹੀਂ ਤਾਂ ਖਿੰਡ ਜੂਗਾ ਮੈਂ ਟੱਬ ਲੈਂਦੀ ਹਾਂ ਆਪਣੇ ਜਿਹੜੇ ਕੰਟੀਨ ਹੋ ਜੂਗਾ ਇਹਦਾ ਸਮਾਨ ਕੰਟੀਨ ਵਾਲੇ ਟੱਬ ਨੇ ਜੀ ਸਾਰੇ ਇੱਕ ਪਹਿਲਾਂ ਭਰਿਆ ਪਿਆ ਆਹ ਦੇਖੋ ਇੱਕ ਮੈਂ ਆ ਮੰਗਾਇਆ ਸੀ ਫਸਟ ਚੇਨ ਵਾਲਾ ਛੋਟਾ ਜੀ ਮੇਰੇ ਕੋਲ ਹਜੇ ਛੋਟਾ ਜਿਹਾ ਨਹੀਂ ਸੀਗਾ ਕੋਈ ਸਲਿੰਗ ਬੈਗ ਜਿਹਾ ਵਾਹਿਗੁਰੂ ਸੱਚੇ ਪਾਤਸ਼ਾਹ ਮੇਰੇ ਵਾਸਤੇ ਕੀ ਮੰਗਾਇਆ ਕੀ ਫਿਰ ਹਾਂਜੀ ਤੁਹਾਡੇ ਲਈ ਉੱਥੇ ਕੁਝ ਵਧੀਆ ਨਹੀਂ ਸੀਗਾ ਮੈਨੂੰ ਲੱਗਿਆ ਅਗਲੀ ਵਾਰ ਮੰਗਾ ਲਾਂਗੇ ਤੁਹਾਡੇ ਲਈ ਤੇ ਤੁਹਾਨੂੰ ਪਸੰਦ ਕਿਵੇਂ ਲੱਗਿਆ ਜੀ ਵਧੀਆ ਸੋਹਣਾ ਚਿੱਟਾ ਜਿਹਾ ਵਧੀਆ ਵਾਈਟ ਕਲਰ ਦਾ ਦੇਖੋ ਇਹਨੂੰ ਮੈਂ ਸੋਚਿਆ ਹੋਇਆ ਮੈਂ ਕਿਹਦੇ ਨਾਲ ਪਾਉਣਾ ਕਿਹਦੇ ਨਾਲ ਸਟਾਈਲ ਜਿਹਾ ਕਰਨਾ ਹੈਗਾ ਤੇ ਮੈਨੂੰ ਵੀ ਵਧੀਆ ਲੱਗਿਆ ਸਮਾਨ ਮੰਗਾ ਕੇ ਵੀ ਚੱਲ ਅੰਗਦ ਨੂੰ ਵਧੀਆ ਚੀਜ਼ਾਂ ਮੰਗਾ ਕੇ ਦਿੱਤੀਆਂ ਨੇ ਮੁੱਕ ਗਿਆ ਕਹਿੰਦਾ ਮੁੱਕ ਗਿਆ ਹੋਰ ਲਿਆਓ ਹਾਂ ਪੁੱਤ ਸਾਰੇ ਪੈਕੇਜ ਖੁੱਲ ਗਏ ਉਹ ਪੇ ਆ ਜਾ ਉਹ ਤੇ ਬਾਈ ਕਰ ਦੋ ਕਿ ਮੇਰੀਆਂ ਚੀਜ਼ਾਂ ਇਹਦੇ ਵਿੱਚ ਮੈਂ ਕਿਹਾ ਆਪਦਾ ਫੂਡ ਲੈ ਕੇ ਜਾਇਆ ਕਰੂੰਗਾ ਇਹਨੂੰ ਬੈਗ ਨੂੰ ਬਾਹਰ ਪਾ ਲਓ ਐਵੇਂ ਪਾ ਜਿਵੇਂ ਤੇਰੇ ਕੋਲ ਪਹਿਲਾਂ ਸੀਗੇ ਸ਼ੇਪ ਵਾਲਾ ਇਹਨੂੰ ਪਤਾ ਦੇਖ ਲਓ ਕੱਢ ਲਿਆ ਜੀ ਹਾਂ ਉਹਦੇ ਉੱਤੇ ਵੀ ਆਹੀ ਯੈਲੋ ਜਿਹਾ ਆ ਲੱਗਿਆ ਹੋਇਆ ਸੀ ਆ ਕਿਤੇ ਉਹ ਐਨ ਕਿੱਥੇ ਆ ਆ ਸੀ ਐਨ ਐਨ ਮੰਮੀ ਕੋਈ ਨਹੀਂ ਪੈਂਦੀ ਹੈਗੀ ਬੱਚਾ ਕੀ ਪਾਊਗਾ ਵਾਲੇ ਪੈਗੀ ਪੈਗੀ ਥੋੜੀ ਜਿਹੀ ਟੇਢੀ ਜੀ ਉਹ ਫਸਣਾ ਔਖੀ ਆ ਥੋੜੀ ਜੀ ਉੱਪਰ ਵੀ ਥੱਲੇ ਵੀ ਬਣਿਆ ਹੋਇਆ ਵੀ ਪੀ ਦੇ ਵਿੱਚ ਪੀ ਪਾਓ ਬੱਚਾ ਦੇਖ ਕੇ ਮੈਚ ਕਰਕੇ ਪਾ ਲੈਂਦਾ ਫਨ ਆ ਵਧੀਆ ਨਾਈਸ ਵੈਸੇ ਆਹ ਬੈਗ ਇਹ ਸੂਟ ਨਾਲ ਤਾਂ ਚੱਲ ਨਹੀਂ ਰਿਹਾ ਹੈਗਾ ਪਰ ਫੇਰ ਚੱਲਦਾ ਕਿਵੇਂ ਹੁੰਦਾ ਸੂਟ ਨਾਲ ਮੈਚ ਕਰ ਨਹੀਂ ਰਿਹਾ ਵੀ ਠੀਕ ਲੱਗਦਾ ਮੇਰੇ ਵਾਲਾ ਜੱਚਦਾ ਸੀ ਮੈਂ ਆਪਣੇ ਹਸਬੈਂਡ ਦੇ ਕਹਿਣ ਤੇ ਮੈਂ ਪਾ ਕੇ ਦਿਖਾਤਾ ਦੇਖੋ ਬਹੁਤ ਵਧੀਆ ਵੈਸੇ ਵਧੀਆ ਕੁਆਲਿਟੀ ਆ ਕਾਫੀ ਵਧੀਆ ਤੇ ਬਾਕੀ ਬਸ ਮੈਂ ਸਾਰਾ ਸਮਾਨ ਚੱਕਦੀ ਆ ਜੀ ਹੁਣ ਅੰਗਦ ਦੀ ਇੱਕ ਹੋਰ ਟੋਕਰੀ ਭਰ ਜੂਗੀ ਟੋਇਸ ਦੀ ਇੱਕ ਪਹਿਲਾ ਟੱਬ ਭਰਿਆ ਪਿਆ ਤੇ ਬਸ ਵਧੀਆ ਅੰਗਦ ਇੰਜੋਏ ਕਰ ਰਿਹਾ ਹੁਣ ਇਹ ਲੱਗਿਆ ਰਹੂ ਸੋਨੀ ਕਿਹੜੀ ਗੇਮ ਖੇਡਦਾ ਹੁਣ ਤੂੰ ਇਹ ਹੁਣ ਲੈਟਰਸ ਐਲਫਾਬੈਟ ਹਾਂਜੀ ਸਹੀ ਭਾ ਰਿਹਾ ਇਹ ਕਿਉਂਕਿ ਉਹ ਸੇਮ ਟੂ ਸੇਮ ਨੀਚੇ ਪ੍ਰਿੰਟ ਦਿੱਤਾ ਹੋਇਆ ਨਾ ਬੱਚਾ ਮੈਚ ਕਰ ਲੈਂਦਾ ਉਹ ਘੈਂਟ ਚੀਜ਼ ਦਿੱਤੀ ਹੋਈ ਹੈ ਹਾਂ ਤਾਂ ਹੀ ਤਾਂ ਮੈਂ ਤੁਹਾਨੂੰ ਪਹਿਲਾਂ ਕਿਹਾ ਜੀ ਘੈਂਟ ਹੋ ਤਾਂ ਮੈਂ ਵਧੀਆ ਚੀਜ਼ਾਂ ਮੰਗਾਈਆਂ ਨੇ ਵਿੱਚ ਵਿੱਚ ਤੇ ਆਈ ਹੋਪ ਜੀ ਤੁਹਾਨੂੰ ਵੀ ਵੀਡੀਓ ਪਸੰਦ ਆਈ ਹੋਊਗੀ ਸਤਿ ਸ਼੍ਰੀ ਅਕਾਲ ਬਾਏ ਬਾਏ ਰੱਬ ਰੱਖੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ